ਦੁਕਾਨਾਂ ਢਾਉਂਦੇ ਵੀ ਕਿਸੇ ਦੀਆਂ ਪਤਾ ਨਹੀਂ ਕਿਤੀਆਂ, ਮੈਨੂੰ ਨਹੀਂ ਪਤਾ। ਉਹ ਸਰੀਆ ਨਿਕਲ ਗਏ ਵਿੱਚ, ਬੱਤੀ ਬੁੱਤੀ ਲੱਗ ਗਈ ਉੱਥੇ। ਕਿਹਦੀ ਲਾਪਰਵਾਹੀ ਮੰਨਦੇ ਫਿਰ ਤੁਸੀਂ? ਦੇ ਲਾਪਰਵਾਹੀ ਤੇ ਜਿੰਨਾ ਡਾਇਆ ਸੀ ਦੱਸ ਸਕਦੇ ਵੀ ਆਹ ਬੱਤੀ ਵੀ ਹੈਗੀ ਅਸੀਂ ਜਾਂ ਕਿੱਦਾਂ ਆ, ਜਾਂ ਲਾ ਕੇ ਖਿਆਲ ਰੱਖਦੇ ਹੋ ਬਚਾ ਹੋ ਜਾਂਦਾ, ਬੱਤੀ ਬੰਦ ਕਰਾ ਕੇ ਕਟਵਾਉਂਦੇ ਯਾਰ। ਕੋਈ ਲੱਗੇ ਨਹੀਂ ਸੀ ਨਹੀਂ ਕੋਈ ਵੀ ਕਰੀਬ, ਹੁਣ 2-2.5 ਘੰਟੇ ਹੋ ਗਏ ਨੇ ਪੂਰਾ, ਕੋਈ ਪਤਾ ਲੈਣ ਆਇਆ ਨਹੀਂ? ਕੋਈ ਨਹੀਂ ਆਇਆ। 4-5 ਘੰਟੇ ਵਿਆਹ ਕਰਾ, ਵਿਆਹ ਦੋ ਬੱਚੇ ਨਿੱਕੇ ਨਿੱਕੇ, 6 ਮਹੀਨੇ ਦੀ ਕੁੜੀ, 1.5 ਸਾਲ ਦਾ ਮੁੰਡਾ। ਕੀ ਮੰਗਿਆ ਹੁਣ ਤੁਹਾਡੀ ਪ੍ਰਸ਼ਾਸਨ ਕੀ ਮੰਗਦਾ ਪਿਆ? ਮੰਗ ਕਾਦੀ ਆਈ ਕਿ ਇਹਨੇ ਕਿੱਥੋਂ ਸਾਡੇ ਨੇ ਮੋੜਾ ਨਾ ਕਿਤੇ ਜਿਹੜਾ ਚੱਲ ਗਿਆ, ਆਪਣੇ ਬੱਚੇ ਪਾਲਦਾ ਸੀ ਆਲੂ ਖਵਾਲਦਾ ਸੀ, ਆਲੂ ਵੀ ਨਾਲ ਪਾਲਦਾ ਸੀ, ਇਹੋ ਹੀ ਸਾਡਾ ਘਰ ਚਲਾਉਂਦਾ ਸੀ, ਹੋਰ ਕੌਣ ਸਾਡੇ ਚ ਕੰਮ ਕਰਨ ਵਾਲਾ ਕੋਈ ਨੀ ਹੈ, ਨਿੱਕਾ ਮੁੰਡਾ ਮੇਰਾ ਤੇ ਕੰਮ ਵਾਲਾ ਨੀ ਹੈ, ਇਹ ਘਰ ਚੱਲਣ ਡਿਆ ਸੀ। ਜਿਹਦੀ ਵੀ ਲਾਪਰਵਾਹੀ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ, ਹੁਣ ਇਹ ਤੇ ਵਾਪਸ ਨਹੀਂ ਆਉਣਾ, ਇਹਦੇ ਬੱਚੇ ਨਿੱਕੇ ਨਿੱਕੇ ਵਿਚਾਰੇ, ਉਹ ਖਾਣ ਪੀਣ ਦੇ ਸਾਧਨ ਉਹਨਾਂ ਦਾ ਤੇ ਹੋਣਾ ਚਾਹੀਦਾ ਹੀ ਆ, ਇਨਸਾਫ਼ ਹੋਣਾ ਚਾਹੀਦਾ ਜੀ। ਭਾਅ ਜੀ ਆਪਾਂ ਡੇਰਾ ਬਾਬਾ ਨਾਨਕ ਸਾਲ ਪੁਰ ਡੇ ਹਾਂ, ਸੜਕ ਤੇ ਆਉਂਦੀਆਂ ਦੁਕਾਨਾਂ ਭਾਅ ਜੀ ਉਹਨਾਂ ਦਾ ਲੈਂਟਰ ਤੋੜਨ ਡੇ ਹਾਂ, ਤੇ ਲੈਂਟਰ ਭਾਅ ਜੀ ਤੋੜਦੇ ਹਾਂ ਤਾਂ ਉੱਤੇ ਅਚਾਨਕ ਸਰੀਆ ਲੱਗ ਗਿਆ, ਉਹਨਾਂ ਨਾਲ ਭਾਅ ਜੀ ਇਹਨਾਂ ਦੇ ਮਤਲਬ ਥੱਲੇ ਡਿੱਗ ਗਏ, ਤੇ ਬਾਅਦ ਚ ਨਾ ਉੱਥੋਂ ਚੁੱਕ ਕੇ ਮਿੱਟੀ ਮਿੱਟੀ ਚ ਦੱਬਿਆ, ਚੱਲ ਤਲੀਆਂ ਤਲੀਆਂ ਝੱਸੀਆਂ, ਬਾਅਦ ਭਾਅ ਜੀ ਇਹਨਾਂ ਨੂੰ ਡੇਰਾ ਬਾਬਾ ਨਾਨਕਾ ਹਸਪਤਾਲ ਖੜਿਆ ਸਰਕਾਰੀ, ਉੱਥੇ ਭਾਅ ਜੀ ਜਾ ਡਾਕਟਰਾਂ ਨੇ ਉੱਥੇ ਵਾਲਾ ਜਵਾਬ ਦੇ ਦਿੱਤਾ, ਤੇ ਇਹਨਾਂ ਭਾਅ ਜੀ ਘਰ ਲਿਆਂਦਾ ਵਾ, ਹਾਂਜੀ ਘਰ ਲਿਆ ਕੇ ਇਹਨਾਂ ਭਾਅ ਜੀ ਦੱਬਿਆ ਮਿੱਟੀ ਚ, ਹੱਥਾਂ ਪਾ ਤਲੀਆਂ ਡੇ ਝੱਸਣ। ਦੁਕਾਨਾਂ ਦਾ ਮਾਲਕ ਲੱਗ ਗਿਆ? ਨਹੀਂ ਭਾਅ ਜੀ ਦੁਕਾਨਾਂ ਦਾ ਮਾਲਕ ਨਹੀਂ, ਕੋਈ ਨਹੀਂ ਲੱਗ। ਹੁਣ ਕੀ ਆਪਾਂ ਮੰਗ ਕਰਦੇ ਭਾਅ ਜੀ? ਮੰਗ ਇਹੀ ਹੈ, ਗਰੀਬ ਪਰਿਵਾਰ ਹੈ, ਇਹਨਾਂ ਦਾ ਕੁਝ ਸੋਚਿਆ ਜਾਵੇ। ਮਾਮਲਾ ਇਹ ਦੁਕਾਨਾਂ ਹੀ ਪ੍ਰੀਤ ਪੈਲਸ ਦੇ ਕੋਲ ਬਟਾਲੇ ਰੋਡ ਤੇ, ਡੇਰਾ ਬਾਬਾ ਨਾਨਕ ਜੋ ਬਟਾਲਾ ਰੋਡ ਜਾਂਦਾ ਉੱਥੇ ਦੁਕਾਨਾਂ ਸੀ, ਤੇ ਦੁਕਾਨਾਂ ਜਿਹੜੀਆਂ ਵੀ ਇਹ ਢਾਉਣ ਡੇ ਸੀ ਤੇ ਉੱਤੇ ਹੈਵੀ ਲੈਣ ਜਾਣ ਡਈ ਸੀ, ਤੇ ਉਹਦੇ ਨਾਲ ਸਰੀਆ ਲੱਗ ਗਿਆ ਤੇ ਇਹਨੂੰ ਕਰੰਟ ਪੈ ਗਿਆ, ਤੇ ਠੇਕੇਦਾਰ ਉੱਥੇ ਹਾਜ਼ਰ ਨਹੀਂ, ਤੇ ਨਾ ਮਕਾਨ ਜਿਹੜਾ ਮਾਲਕ ਸੀ ਉਹ ਹਾਜ਼ਰ ਸੀ, ਜਿਹੜਾ ਮਾਲਕ ਹੈ ਉਹਦੀ ਲਾਪਰਵਾਹੀ ਆ, ਉਹਨੇ ਧਿਆਨ ਨਹੀਂ ਗਾ ਦਿੱਤਾ, ਇਹਨਾਂ ਨੂੰ ਦੱਸਿਆ ਨਹੀਂ, ਇਹਨੂੰ ਗੈਰ ਨਹੀਂ ਇਹਨਾਂ ਨੂੰ ਕੀਤਾ ਵੀ ਇਹ ਬੱਤੀ ਜਿਹੜੀ ਉੱਥੋਂ ਦੀ ਜਾਣ ਡਈ ਜੇ, ਤੇ ਇਹਨੂੰ ਵੇਖ ਕੇ ਤੇ ਫੇਰ ਟਾਇਓ ਜਿਹੜੀਆਂ ਹੈਗੀਆਂ ਨੇ ਤੇ ਉਹ ਅਜੇ ਤੱਕ ਹਾਜ਼ਰ ਨਹੀਂ ਹੋਇਆ। ਸਰ ਜਿਸ ਤਰ੍ਹਾਂ ਉਹ ਲੈਣ ਲੰਘ ਰਹੀ ਆ, ਇੱਕ ਪਾਸੇ ਲੇਬਰ ਦਾ ਹੀ ਆ, ਦੁਕਾਨ ਮਾਲਕ ਦਾ ਫਰਜ਼ ਪੈਂਦਾ ਸੀ ਕਿ ਉਹ ਲਾਈਟ ਤੋਂ ਕੱਟ ਵਗੈਰਾ ਕਰਾਇਆ ਜਾਂਦਾ। ਬਿਲਕੁਲ ਉਹਨਾਂ ਨੂੰ ਚਾਹੀਦਾ ਸੀ ਉੱਥੋਂ ਜਿਹੜਾ ਵੀ ਪਰਮਿਟ ਲੈਂਦੇ, ਪਰਮਿਟ ਲੈ ਕੇ ਤੇ ਫੇਰ ਜਿਹੜੀਆਂ ਦੁਕਾਨਾਂ ਢਾਉਂਦੇ, ਕਿ ਉਹਨਾਂ ਦੀ ਬਹੁਤ ਤਕੜੀ ਲਾਪਰਵਾਹੀ ਆ। ਕੀ ਮੰਗਿਆ ਤੁਹਾਡੀ ਪ੍ਰਸ਼ਾਸਨ ਤੋਂ? ਮੰਗ ਸਾਡੀ ਇਹ ਆ ਵੀ ਗਰੀਬ ਆਦਮੀ ਨੇ ਮਾਤਰ ਬੰਦੇ ਆ, ਦਿਹਾੜੀ ਕਰਕੇ ਤੇ ਆਪਣਾ ਡੰਗਰ ਡੋਰਾ ਟਪਾਉਣ ਡਏ ਸੀ, ਤੇ ਇਹਦੇ ਤੇ ਜਿਹੜੀ ਕਰ ਜਿਹੜੀ ਕਾਰਵਾਈ ਕੀਤੀ ਜਾਏ, ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਹੱਕ ਦਵਾਇਆ ਜਾਏ। ਇਹਦੇ ਸੰਬੰਧੀ ਪੁਲਿਸ ਨੂੰ ਫਾਰਮ ਕੀਤਾ? ਪੁਲਿਸ ਨੂੰ ਫਾਰਮ ਕੀਤਾ, ਪੁਲਿਸ ਆਉਣ ਡਈ ਹੈ।